ਹਾਂ ਜੀ ਸਟੂਡੈਂਟਸ, ਗੁਰਮਤਿ ਕਾਵਿ ਤੋਂ ਬਾਅਦ ਅਸੀਂ ਵੀਰ ਕਾਵਿ ਦੀ ਗੱਲ ਕਰਾਂਗੇ। ਇਹਦੇ ਵਿੱਚ ਦੋ ਚੀਜ਼ਾਂ ਨੇ, ਵਾਰ ਤੇ ਜੰਗਨਾਮਾ। ਪਹਿਲਾਂ ਵਾਰ ਦੀ ਗੱਲ ਕਰਾਂਗੇ। ਭਿੰਨ ਭਿੰਨ ਵਿਦੇਸ਼ੀ ਜਾਤੀਆਂ ਦੇ ਹਮਲਿਆਂ ਦੀ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਦੀ ਧਰਤੀ ਤੇ ਵੀਰ ਕਾਵਿ, ਵਿਸ਼ੇਸ਼ ਤੌਰ ਤੇ ਵਾਰ ਕਾਵਿ ਦੀ ਵਿਧਾ ਨੇ ਜਨਮ ਲਿਆ। ਯੁੱਧ ਦੇ ਦੌਰਾਨ ਹੌਸਲਾ ਅਫਜਾਈ ਕਰਨ ਲਈ ਯੋਧਿਆਂ ਦੀ ਜਿਹੜਾ ਵੀਰ ਕਾਵਿ ਆ ਜਾਂ ਵਾਰ ਕਾਵਿ ਆ, ਇਸ ਦਾ ਜਨਮ ਹੋਇਆ। ਵਾਰ ਕਾਵਿ ਦੇ ਵਿਸ਼ੇ, ਵਿਧਾ ਅਤੇ ਸ਼ੈਲੀ ਦਾ ਪ੍ਰਮੁੱਖ ਪ੍ਰਯੋਜਨ ਵਿਦੇਸ਼ੀ ਚੁਣੌਤੀ ਦੇ ਟਾਕਰੇ ਦਾ ਉਤਸ਼ਾਹ ਪੈਦਾ ਕਰਨਾ ਹੀ ਸੀ। ਭਾਰਤੀ ਸਾਹਿਤ ਵਿੱਚ ਵੀਰ ਕਾਵਿ ਦੀ ਉਤਪਤੀ ਇੱਕ ਸਰੋਤ ਰਾਸੋ ਵਰਗੇ ਕਾਵਿ ਰੂਪਾਂ ਨਾਲ ਜੁੜਿਆ ਹੋਇਆ ਹੈ। ਜੰਗਨਾਮਾ ਕਵਿਤਾ ਉਹ ਭੇਦ ਹੈ ਜਿਸ ਵਿੱਚ ਕਿਸੇ ਲੜਾਈ ਦੇ ਸਮਾਚਾਰ ਦਿੱਤੇ ਗਏ ਹੋਣ। ਵਾਰ ਸ਼ਬਦ ਦਾ ਮੁੱਢ ਸੰਸਕ੍ਰਿਤ ਦੇ ਵਰੀ ਧਾਤੂ ਤੋਂ ਹੋਇਆ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਵਾਰ ਕਰਨਾ, ਪਿੱਛੇ ਧੱਕਣਾ, ਪਰੇ ਹਟਾਉਣਾ, ਵਿਰੋਧ ਕਰਨਾ ਅਤੇ ਰੋਕਣਾ ਆਦਿ। ਇਹ ਸੰਸਕ੍ਰਿਤ ਦੇ ਵਾਰਨ ਸ਼ਬਦ ਦਾ ਹੀ ਤਦਭਵ ਰੂਪ ਆ। ਵਾਰ ਨੂੰ ਦੁਹਰਾਓ ਦੇ ਅਰਥਾਂ ਵਿੱਚ ਹੀ ਵਰਤਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਵਰਣਿਤ ਵਿਸ਼ੇ ਦਾ ਪ੍ਰਭਾਵ ਪਾਉਣ ਲਈ ਕਈ ਘਟਨਾਵਾਂ ਨੂੰ ਦਾ ਵਾਰ ਵਾਰ ਜ਼ਿਕਰ ਆਉਂਦਾ ਹੈ। ਕੁਝ ਵਿਦਵਾਨ ਇਸ ਦਾ ਮੂਲ ਵਾਰਤਾ ਸ਼ਬਦ ਨੂੰ ਮੰਨਦੇ ਨੇ, ਕਿਉਂਕਿ ਇਸ ਵਿੱਚ ਕਿਸੇ ਵਰਤਾਂਤ ਦਾ ਵਰਣਨ ਕੀਤਾ ਜਾਂਦਾ ਹੈ। ਵਾਰ ਉਸ ਕਾਵਿ ਵਾਰਤਾ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਨਾਇਕ ਦੀ ਪ੍ਰਸ਼ੰਸਾ ਯੁੱਧ ਦੇ ਪ੍ਰਸੰਗ ਵਿੱਚ ਕੀਤੀ ਗਈ ਹੋਵੇ ਅਤੇ ਨਾਇਕ ਪ੍ਰਤੀ ਨਾਇਕ ਦੀ ਟੱਕਰ ਜਾਂ ਸੂਖਮ ਜਾਂ ਸਥੂਲ ਦੋਹਾਂ ਤਰ੍ਹਾਂ ਦੀ ਹੋਵੇ। ਯੁੱਧ ਸੰਬੰਧੀ ਲਿਖੀਆਂ ਵਾਰਾਂ ਵਿੱਚ ਟੱਕਰ ਦਾ ਸਰੂਪ ਸਥੂਲ ਅਤੇ ਅਧਿਆਤਮਕ ਵਾਰਾਂ ਵਿੱਚ ਟੱਕਰ ਦਾ ਸਰੂਪ ਸੂਖਮ ਹੁੰਦਾ ਹੈ। ਕਾਨ ਸਿੰਘ ਨਾਭਾ ਅਨੁਸਾਰ, ਮਹਾਨ ਕੋਸ਼ ਜਿਹੜਾ ਕਾਨ ਸਿੰਘ ਨਾਭਾ ਦਾ, ਉਹਦੇ ਅਨੁਸਾਰ ਕੀ ਆ, ਵਾਰ ਦੀ ਪਰਿਭਾਸ਼ਾ ਉਹ ਕਵਿਤਾ ਜਿਹੜੀ ਪੌੜੀ ਛੰਦ ਵਿੱਚ ਰਚੀ ਗਈ ਹੋਵੇ। ਤਾਂ ਵਾਰ ਹਮੇਸ਼ਾ ਪੌੜੀ ਛੰਦ ਵਿੱਚ ਰਚੀ ਜਾਂਦੀ ਹੈ। ਵਾਰ ਦੇ ਪ੍ਰਮੁੱਖ ਤੱਤ ਨੇ ਮੰਗਲਾਚਰਨ, ਮੁੱਢ, ਸੰਘਰਸ਼, ਨਾਇਕ ਪ੍ਰਤੀ ਨਾਇਕ, ਨਾਇਕ ਦੀ ਬਹਾਦਰੀ ਦਾ ਵਰਣਨ, ਜਸ ਗਾਇਨ, ਰਸ ਅਲੰਕਾਰ ਅਤੇ ਛੰਦ। ਯੁੱਧ ਨਾਲ ਸੰਬੰਧਿਤ ਦੁਨਿਆਵੀ ਵਾਰ ਵਿੱਚ ਕਿਸੇ ਬਹਾਦਰ ਯੋਧੇ ਜਾਂ ਸੂਰਮੇ ਨਾਇਕ ਦਾ ਜਸ ਗਾਇਆ ਜਾਂਦਾ ਹੈ, ਪਰ ਅਧਿਆਤਮਕ ਵਾਰ ਵਿੱਚ ਪਰਮਾਤਮਾ, ਅਕਾਲ ਪੁਰਖ ਦਾ ਜਸ ਗਾਇਆ ਜਾਂਦਾ ਹੈ। ਤਾਂ ਇਸ ਤਰ੍ਹਾਂ ਨਾਲ ਇਹਨਾਂ ਦੋਨਾਂ ਦੇ ਵਿੱਚ ਫਰਕ ਆ। ਯੁੱਧ ਨਾਲ ਸੰਬੰਧਿਤ ਵਾਰ ਵਿੱਚ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ। ਅਦਭੁਤ ਰਸ, ਭਿਆਨਕ ਰਸ, ਰੌਦਰ ਰਸ ਅਤੇ ਕਰੁਣਾ ਰਸ ਇਸ ਦੇ ਸਹਿਯੋਗੀ ਬਣਦੇ ਹਨ, ਪਰੰਤੂ ਅਧਿਆਤਮਕ ਵਾਰਾਂ ਵਿਸ਼ੇਸ਼ ਰੂਪ ਵਿੱਚ ਸ਼ਾਂਤ ਰਸ ਨਾਲ ਲਵਰੇਜ਼ ਹੁੰਦੀਆਂ ਹਨ। ਕਈ ਅਧਿਆਤਮਕ ਵਾਰਾਂ ਵਿੱਚ ਦੋ ਧਿਰਾਂ, ਗੁਰਮੁਖ ਅਤੇ ਮਨਮੁਖ ਵੀ ਹੁੰਦੀਆਂ ਨੇ। ਪ੍ਰੋਫੈਸਰ ਪਿਆਰਾ ਸਿੰਘ ਪਦਮ ਪੌੜੀ ਨੂੰ ਵਾਰ ਦਾ ਪਿੰਡਾ ਆਖਦਾ ਹੈ। ਡਾਕਟਰ ਰਤਨ ਸਿੰਘ ਜੱਗੀ ਪੌੜੀ ਨੂੰ ਵਾਰ ਦਾ ਕਲੇਵਰ ਆਖਦਾ ਹੈ, ਟੱਕਰ ਨੂੰ ਆਤਮਾ। ਉਹਨਾਂ ਦੇ ਸ਼ਬਦਾਂ ਵਿੱਚ ਜੇ ਟੱਕਰ ਵਾਰ ਦੀ ਆਤਮਾ ਹੈ ਤਾਂ ਪੌੜੀ ਕਲੇਵਰ। ਵਾਰ ਦੀ ਬੋਲੀ ਜੋਸ਼ੀਲੀ, ਟੱਕਰ ਭਰਪੂਰ ਅਤੇ ਯੁੱਧ ਦੀ ਰੰਗਤ ਨਾਲ ਲਵਰੇਜ਼ ਹੁੰਦੀ ਹੈ, ਪਰ ਅਧਿਆਤਮਕ ਵਾਰ ਦੀ ਬੋਲੀ ਨਾ ਜੋਸ਼ੀਲੀ ਨਾ ਤਲਖੀ ਭਰਪੂਰ, ਸਗੋਂ ਮਧੁਰ ਅਤੇ ਸ਼ਾਂਤ ਸੁਭਾਅ ਦੀ ਧਾਰਨੀ ਹੁੰਦੀ ਹੈ। ਵਾਰ ਹਮੇਸ਼ਾ ਪੌੜੀ ਵਿੱਚ ਲਿਖੀ ਜਾਂਦੀ ਹੈ। ਜੰਗਨਾਮੇ ਦਾ ਮੁੱਖ ਛੰਦ ਬੈਂਤ ਹੈ। ਜੰਗਨਾਮੇ ਵਿੱਚ ਕਿਸੇ ਵਾਸਤਵਿਕ ਘਟਨਾ ਭਾਵ ਇਤਿਹਾਸਿਕ ਘਟਨਾ ਦਾ ਹੀ ਵਰਣਨ ਹੁੰਦਾ ਹੈ।
ਪਰ ਵਾਰ ਵਿੱਚ ਕਿਸੇ ਕਾਲਪਨਿਕ, ਇਤਿਹਾਸਿਕ ਤੇ ਮਿਥਿਹਾਸਿਕ ਘਟਨਾ ਤੇ ਵੀ ਆਧਾਰਿਤ ਹੋ ਸਕਦੀ ਹੈ। ਪੰਜਾਬੀ ਸਾਹਿਤ ਵਿੱਚ ਵਾਰ ਕਾਵ ਦੀ ਰਚਨਾ ਆਦਿ ਕਾਲ ਭਾਵ ਪੂਰਵ ਨਾਨਕ ਕਾਲ ਜਾਂ ਪੂਰਵ ਮੁਗਲ ਕਾਲ ਵਿੱਚ ਹੋ ਚੁੱਕੀ ਸੀ। ਇਸ ਕਾਲ ਦੀਆਂ ਮੁੱਢਲੀਆਂ 6 ਵਾਰਾਂ ਦੀ ਰਚਨਾ ਅਗਿਆਤ ਕਵੀਆਂ ਜਾਂ ਲੋਕਾਂ ਨੇ ਕੀਤੀ। ਇਹ ਸੀਨਾ ਬਸੀਨਾ ਹੀ ਸਾਡੇ ਤੱਕ ਪਹੁੰਚੀਆਂ। ਇਹਨਾਂ ਦੇ ਕਰਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਪੰਜਾਬੀ 6 ਵਾਰਾਂ ਜਿਹੜੀਆਂ ਨੇ ਮੁੱਢਲੀਆਂ। ਪੰਜਾਬੀ ਸਾਹਿਤ ਵਿੱਚ ਅਮੀਰ ਖੁਸਰੋ ਦਾ ਨਾਂ ਵਾਰ ਕਾਵਿ ਵਿੱਚ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਵਿੱਚ ਪ੍ਰਥਮ ਮੰਨਿਆ। ਉਸਨੇ ਤੁਗਲਕ ਨਸੀਰੂਦੀਨ ਖਾਂ ਦੀ ਵਾਰ ਲਿਖੀ। ਇਸ ਨੂੰ ਆਦਿ ਕਾਲ ਦਾ ਕਵੀ ਵੀ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 9 ਲੋਕ ਵਾਰਾਂ ਦੀਆਂ ਧੁਨਾਂ ਜਿਨ੍ਹਾਂ 'ਤੇ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਨੂੰ ਗਾਉਣ ਦਾ ਸੰਕੇਤ ਹੈ। ਉਹਨਾਂ ਵਿੱਚੋਂ 6 ਵਾਰਾਂ ਆਦਿ ਕਾਲ ਭਾਵ ਪੂਰਵ ਨਾਨਕ ਕਾਲ ਅਤੇ ਪੂਰਵ ਮੁਗਲ ਕਾਲ ਦੀਆਂ ਹਨ। ਇਹ 6 ਵਾਰਾਂ ਕਿਹੜੀਆਂ ਨੇ? ਰਾਏ ਕਮਾਲ ਮੌਜ ਦੀ ਵਾਰ, ਟੁੰਡੇ ਅਸਰਾਜੇ ਦੀ ਵਾਰ, ਸਿਕੰਦਰ ਇਬਰਾਹਿਮ ਦੀ ਵਾਰ, ਮਹਿਮੇ ਹਸਨੇ ਦੀ ਵਾਰ, ਮੂਸੇ ਦੀ ਵਾਰ, ਲੱਲਾ ਬਹਿਲੀਮਾ ਦੀ ਵਾਰ। ਉਪਰੋਕਤ ਵਿੱਚੋਂ ਲੱਲਾ ਬਹਿਲੀਮਾ ਦੀ ਵਾਰ 6-6 ਤੁਕਾਂ ਦੀ ਪੌੜੀ ਵਿੱਚ ਮਿਲਦੀ ਹੈ ਅਤੇ ਬਾਕੀ ਪੰਜ ਵਾਰਾਂ 5-5 ਤੁਕਾਂ ਦੀ ਪੌੜੀ ਵਿੱਚ, ਬਾਕੀ 3 ਵਾਰਾਂ ਨਾਨਕ ਕਾਲ ਜਾਂ ਮੁਗਲ ਕਾਲ ਜਾਂ ਮੱਧ ਕਾਲ ਦੀਆਂ ਹਨ, ਜਿਨ੍ਹਾਂ ਦੀਆਂ ਧੁਨੀਆਂ ਬਾਰੇ ਵੀ ਸੰਕੇਤ ਗ੍ਰੰਥ ਵਿੱਚ ਹਨ। ਇਹ 3 ਵਾਰਾਂ ਕਿਹੜੀਆਂ ਨੇ? ਮਲਕ ਮਰੀਦ ਅਤੇ ਚੰਦਰਹੜਾ ਸੋਈਆ ਦੀ ਵਾਰ, ਰਾਣਾ ਕੈਲਾਸ਼ ਦੇਵ ਅਤੇ ਮਾਲ ਦੀ ਵਾਰ, ਯੋਧੇ ਵੀਰੇ ਪੂਰਵ ਬਾਣੀ ਦੀ ਵਾਰ। ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਗੁਰਮਤਿ ਕਾਵਿ, ਭਾਈ ਗੁਰਦਾਸ ਦੀਆਂ 39 ਵਾਰਾਂ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਗੁਰਮਤਿ ਕਾਵਿ ਵਿੱਚ ਨੇ ਅਤੇ ਭਾਈ ਗੁਰਦਾਸ ਦੀਆਂ 39 ਵਾਰਾਂ ਅਧਿਆਤਮਿਕ ਵਾਰਾਂ ਨੇ ਜਿਹੜੀਆਂ, ਜੋ ਮੱਧ ਕਾਲ ਦੇ ਅਧੀਨ ਆਉਂਦੀਆਂ ਨੇ। ਮੱਧ ਕਾਲ ਵਿੱਚ 3 ਲੋਕ ਵਾਰਾਂ ਮਿਲਦੀਆਂ ਨੇ, ਆਦਿ ਕਾਲ ਵਿੱਚ ਕੁੱਲ 6 ਵਾਰਾਂ ਮਿਲਦੀਆਂ ਨੇ। ਰਾਏ ਕਮਾਲ ਮੌਜ ਦੀ ਦੀਨ ਦੀ ਵਾਰ ਵਿੱਚ ਟੱਕਰ ਰਾਏ ਕਮਾਲ ਅਤੇ ਮੌਜ ਚਾਚੇ ਭਤੀਜੇ ਵਿਚਕਾਰ ਹੈ। ਲੱਲਾ ਬਹਿਲੀਮਾ ਦੀ ਵਾਰ 'ਚ ਟੱਕਰ ਪਾਣੀ ਦੇ ਕਾਰਨ ਹੁੰਦੀ ਹੈ। ਲੋਕ ਵਾਰਾਂ ਦਾ ਮੁੱਖ ਵਿਸ਼ਾ ਜਰ ਜੋਰੂ ਅਤੇ ਜ਼ਮੀਨ ਰਹੇ ਹਨ। ਮਲਕ ਮਰੀਦ, ਚੰਦਰੜਾ, ਸੋਈਆ ਦੋਵੇਂ ਅਕਬਰ ਦੇ ਰਾਜ ਸਮੇਂ ਦੋ ਬਹਾਦਰ ਰਾਜਪੂਤ ਸਰਦਾਰ ਸਨ। ਇਹਨਾਂ ਵਿੱਚ ਦੋਵਾਂ ਦੇ ਯੁੱਧ ਦਾ ਵਰਣਨ ਕੀਤਾ ਗਿਆ ਹੈ ਇਸ ਵਾਰ ਦੇ ਵਿੱਚ, ਜਿਹਦੇ ਵਿੱਚ ਦੋਵੇਂ ਮਰ ਜਾਂਦੇ। ਹੁਣ ਵਾਰ ਆ ਜਿਹੜੀ ਉਹ 7 ਨੰਬਰ ਵਾਰ ਜਿਹੜੀ ਅਸੀਂ ਗੱਲ ਕੀਤੀ ਆ, ਮਲਕ ਮਰੀਦ ਅਤੇ ਚੰਦਰਹੜਾ ਸੋਈਆ ਦੀ ਵਾਰ, ਇਹਦੇ ਵਿੱਚ ਇਹ ਜਿਹੜਾ ਬਿਆਨ ਕੀਤਾ ਗਿਆ ਹੈ ਇਹਨਾਂ ਦੀ ਟੱਕਰ ਨੂੰ। ਯੋਧੇ ਵੀਰੇ ਪੂਰਵ ਬਾਣੀ ਦੀ ਵਾਰ, ਦੋ ਰਾਜਪੂਤ ਸਰਦਾਰਾਂ ਯੋਧਿਆਂ ਵੀਰਾਂ ਦੀ ਅਕਬਰ ਦੀਆਂ ਫੌਜਾਂ ਵਿੱਚ ਹੋਈ ਜੰਗ ਦਾ ਜ਼ਿਕਰ ਹੈ। ਇਹ ਦੋਵੇਂ ਭਰਾ ਲੱਖੀ ਜੰਗਲ ਵਿੱਚ ਰਹਿੰਦੇ, ਸ਼ਾਹੀ ਖਜ਼ਾਨੇ ਦੀ ਲੁੱਟਮਾਰ ਕਰਦੇ ਅਤੇ ਗਰੀਬ ਮਜ਼ਲੂਮਾਂ ਦੀ ਸਹਾਇਤਾ ਕਰਨਾ ਇਹਨਾਂ ਦਾ ਨਿੱਤ ਕਰਮ ਸੀ। ਰਾਣਾ ਕੈਲਾਸ਼ ਅਤੇ ਮਾਲਦੇਵ ਦੋਵੇਂ ਜਹਾਂਗੀਰ ਦੇ ਰਾਜ ਸਮੇਂ ਜੰਮੂ ਕਸ਼ਮੀਰ 'ਤੇ ਰਾਜ ਕਰਦੇ ਦੋ ਰਾਜਪੂਤ ਭਰਾ ਸਨ। ਇੱਕ ਸਮੇਂ ਦੋਹਾਂ ਵਿੱਚ ਅਣਬਣ ਹੋ ਜਾਣ ਕਾਰਨ ਯੁੱਧ ਛਿੜ ਗਿਆ। ਚੰਡੀ ਦੀ ਵਾਰ ਪੰਜਾਬੀ ਸਾਹਿਤ ਦੀ ਸਭ ਤੋਂ ਉਤਕ੍ਰਿਸ਼ਟ ਰਚਨਾ ਹੈ। ਚੰਡੀ ਦੀ ਵਾਰ ਕ੍ਰਿਤ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਮਾਰਕੰਡੇ ਪੁਰਾਣ 80-84 ਅਧਿਆਇ 'ਤੇ ਆਧਾਰਿਤ ਹੈ।
ਦੁਰਗਾ ਦੇਵੀ ਚੰਡੀ ਦੀ ਵਾਰ ਦੀ ਨਾਇਕਾ। ਚੰਡੀ ਦੀ ਵਾਰ ਦਾ ਦਸਮ ਗ੍ਰੰਥ ਵਿੱਚ ਅਸਲ ਸਿਰਲੇਖ ਵਾਰ ਦੁਰਗਾ ਕੀ ਅੰਕਿਤ ਹੈ, ਪਰ ਜਨ ਸਧਾਰਨ ਤੇ ਪੰਜਾਬੀ ਸਾਹਿਤ ਵਿੱਚ ਇਸ ਦਾ ਨਾਂ ਚੰਡੀ ਦੀ ਵਾਰ ਪ੍ਰਚਲਿਤ ਆ। ਇਸ ਨੂੰ ਵਾਰ ਸ਼੍ਰੀ ਭਗੌਤੀ ਵੀ ਕਿਹਾ ਜਾਂਦਾ ਹੈ। ਚੰਡੀ ਦੀ ਵਾਰ ਵਿੱਚ ਦੁਰਗਾ ਨੇਕੀ ਤੇ ਦੈਂਤ ਵਧੀ ਦਾ ਪ੍ਰਤੀਕ ਹਨ। ਬਦੀ ਉੱਤੇ ਨੇਕੀ ਦੀ ਜਿੱਤ ਦਰਸਾਈ ਗਈ ਹੈ। ਲੱਖ ਨਗਾਰੇ ਵੱਜਣ ਆਹਮਣੋ ਸਾਹਮਣੇ 17 ਚੰਡੀ ਦੀ ਵਾਰ ਵਿੱਚੋਂ ਲਈਆਂ ਗਈਆਂ ਨੇ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ। ਇਹ 17 ਚੰਡੀ ਦੀ ਵਾਰ ਦੇ ਕਥਾ ਮਹਾਤਮ ਦੀਆਂ 17 ਨੇ। ਚੰਡੀ ਦੀ ਵਾਰ ਦੀ ਨਾਇਕ ਬਣਾ ਕੇ ਪੇਸ਼ ਕਰਨਾ ਇਸਤਰੀ ਜਾਤੀ ਦੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਉਣ ਲਈ ਵੀ ਇੱਕ ਹਲੂਣਾ ਸੀ। ਦਸਮ ਗ੍ਰੰਥ 'ਚ ਚੰਡੀ ਦੀ ਵਾਰ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ। ਏਕਮਕਾਰ ਸਤਿਗੁਰ ਪ੍ਰਸ਼ਾਦ ਸ਼੍ਰੀ ਭਗੌਤੀ ਜੀ ਸਹਾਏ ਅਵ ਵਾਰ ਦੁਰਗਾ ਕੀ ਲਿਖਿਤ ਪਾਤਸ਼ਾਹੀ ਦਸਮੀ। ਚੰਡੀ ਦੀ ਵਾਰ ਵਿੱਚ ਦੀਆਂ ਕੁੱਲ 55 ਪੌੜੀਆਂ ਹਨ, ਜਿਹੜੀਆਂ ਸਿਰਖਿੰਡੀ ਅਤੇ ਨਿਸ਼ਾਨੀ ਛੰਦ ਵਿੱਚ ਹਨ। ਪੌੜੀ ਵਿੱਚ ਸਿਰਖਿੰਡੀ ਅਤੇ ਨਿਸ਼ਾਨੀ ਛੰਦ ਹੀ ਵਰਤੇ ਜਾਂਦੇ ਹਨ। ਵਾਰ ਜਿਹੜੀ ਹੁੰਦੀ ਆ ਉਹ ਬਾਹਰਮੁਖੀ ਕਵਿਤਾ ਦਾ ਇੱਕ ਰੂਪ ਹੁੰਦੀ ਆ। ਰਾਕਸ਼ ਰਣੋ ਨਾ ਭੱਜਣ ਰੋਹੇ ਲੋਹਲੇ, ਸਿੰਹਾਂ ਵਾਂਗ ਗੱਜਣ ਸਭੇ ਸੂਰਮੇ 17 ਚੰਡੀ ਦੀ ਵਾਰ ਵਿੱਚੋਂ ਹਨ। ਇਹ 17 ਰਾਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਕਸ਼ਾਂ ਨੂੰ ਬਹਾਦਰੀ ਅਤੇ ਵੀਰਤਾ ਨਾਲ ਲਵਰੇਜ ਧਿਰ ਦੇ ਰੂਪ ਵਿੱਚ ਚਿੱਤਰਿਆ ਹੈ। ਇਹ 17 ਉਪਮਾ ਅਲੰਕਾਰ ਦੀ ਉਦਾਹਰਣ ਹਨ। ਲਵਕੁਸ਼ ਦੀ ਵਾਰ ਸਿਰਲੇਖ ਅਧੀਨ ਇੱਕ ਵਾਰ ਦੇਵੀਦਾਸ ਰਚਿਤ ਹੈ। 18ਵੀਂ ਸਦੀ ਨਾਲ ਸੰਬੰਧਿਤ ਰਚਨਾ ਹੈ, ਜਿਸ ਦੀਆਂ ਕੁੱਲ 70 ਪੌੜੀਆਂ ਅਤੇ ਹਰ ਪੌੜੀ ਵਿੱਚ 8 ਤੁਕਾਂ ਹਨ। ਕਾਨ ਭਗਵਾਨ ਦੀ ਵਾਰ ਕ੍ਰਿਤ ਤੇਜਭਾਨ, ਇਸ ਵਾਰ ਦੀਆਂ ਕੁੱਲ 40 ਪੌੜੀਆਂ, ਹਰ ਪੌੜੀ ਦੇ ਆਰੰਭ ਵਿੱਚ ਇੱਕ ਸਲੋਕ ਹੈ। ਨਜਾਬਤ ਦੀ ਵਾਰ 18ਵੀਂ ਸਦੀ ਦੀ ਰਚਨਾ ਹੈ, ਇਸ ਵਾਰ ਦਾ ਨਾਇਕ ਵਿਦੇਸ਼ੀ ਹਮਲਾਵਰ ਨਾਦਰ ਸ਼ਾਹ ਹੈ, ਜਿਸ ਨੇ 1738 ਵਿੱਚ ਹਿੰਦੁਸਤਾਨ 'ਤੇ ਹਮਲਾ ਕੀਤਾ ਸੀ। ਵਾਰ ਦਾ ਆਰੰਭ ਕੱਲ ਅਤੇ ਨਾਰਦ ਦੇ ਝਗੜੇ ਤੋਂ ਹੁੰਦਾ ਹੈ। ਇਸ ਵਾਰ ਦੀਆਂ ਤੁਕਾਂ 564 ਅਤੇ 849 ਵਿੱਚ ਕਰਤਾ ਨੇ ਆਪਣਾ ਨਾਂ ਨਜਾਵਤ ਲਿਖਿਆ ਹੈ। ਇਸ ਵਾਰ ਦੀ ਉਪਭਾਸ਼ਾ ਲੈਂਦੀ ਆ। ਲਵਕੁਸ਼ ਦੀ ਵਾਰ ਯਸ਼ੋਦਾ ਨੰਦਨ ਅਤੇ ਦੇਵੀਦਾਸ ਨੇ ਇੱਕੋ ਸਿਰਲੇਖ ਵਿੱਚ ਰਚੀ ਹੈ। ਨਾਦਰ ਸ਼ਾਹ ਦੀ ਵਾਰ ਦੀਆਂ ਕੁੱਲ 86 ਪੌੜੀਆਂ ਹਨ। ਵਾਰ ਹਕੀਕਤ ਰਾਏ ਦੀ ਰਚਨਾ ਅਗਰਾ ਕਵੀ ਨੇ 1792 ਵਿੱਚ ਕੀਤੀ। ਇਸਦਾ ਛੰਦ ਬੈਂਤ ਹੈ ਅਤੇ ਇਸਦੇ 212 ਚੌਤੁਕੀਏ ਬੰਦ ਹਨ। ਚੱਠਿਆਂ ਦੀ ਵਾਰ ਪੀਰ ਮੁਹੰਮਦ ਰਚਿਤ 18ਵੀਂ ਸਦੀ ਨਾਲ ਸੰਬੰਧਿਤ ਰਚਨਾ ਹੈ। ਇਸ ਵਿੱਚ ਮਹਾਂ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੀ ਜਿੱਤ ਦਾ ਵਰਣਨ ਹੈ। ਇਸ ਵਿੱਚ ਕੁੱਲ 98 ਬੰਦ ਹਨ। ਵਾਰ ਹਰੀ ਸਿੰਘ ਨਲੂਆ ਕਾਦਰਯਾਦ ਦੀ ਰਚਨਾ ਹੈ। ਇਸ ਵਿੱਚ ਜਮਰੋਧ ਦੀ ਲੜਾਈ ਦਾ ਹਾਲ ਵਰਣਨ ਹੈ। ਕੁੱਲ 30 ਬੰਦ ਹਨ। ਭਾਈ ਗੁਰਦਾਸ ਦੀ ਪਹਿਲੀ ਅਤੇ 11ਵੀਂ ਵਾਰ ਦੇ ਨਾਇਕ ਗੁਰੂ ਨਾਨਕ ਦੇਵ ਜੀ ਹਨ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਹ 17 ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਇੱਕ ਪੌੜੀ ਹੈ, ਉਪਮਾ ਅਲੰਕਾਰ ਵਿੱਚ ਮੌਜੂਦ ਹੈ, ਜਿਨ੍ਹਾਂ ਵਿੱਚ ਭਾਈ ਸਾਹਿਬ ਨੇ ਕਲਯੁੱਗ ਦੀ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਇਸ ਦੁਰਦਸ਼ਾ ਤੋਂ ਸੰਸਾਰ ਦਾ ਉਧਾਰ ਕਰਾਉਣ ਲਈ ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਦੱਸਿਆ ਹੈ। ਬਾਬਾ ਆਖੇ ਹਾਜੀਆਂ ਸਭ ਅਮਲਾ ਵੱਜ ਦੋਨੋਂ ਰੋਈ,
ਭਾਈ ਗੁਰਦਾਸ ਦੀ ਪਹਿਲੀ ਵਾਰ ਦੀ ਸਤਰ ਆ। ਇਹ ਦੋਨੋਂ ਰੋਈ ਸ਼ਬਦ ਹਿੰਦੂਆਂ ਅਤੇ ਮੁਸਲਮਾਨਾਂ ਲਈ ਵਰਤਿਆ ਗਿਆ ਹੈ। ਰਾਮਕਲੀ ਦੀ ਵਾਰ ਪਾਤਸ਼ਾਹੀ ਦਸਵੀਂ ਭਾਈ ਗੁਰਦਾਸ ਦੂਜੇ ਦੀ ਰਚਨਾ ਹੈ। ਉਸਦੀ ਇਹ ਤੁਕ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਕਾਫੀ ਮਕਬੂਲ ਹੈ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਤੇਗ ਬਹਾਦਰ ਸਿਮਰੀਏ ਘਰ ਨਿਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਇਹ ਸਤਰਾਂ ਚੰਡੀ ਦੀ ਵਾਰ ਦੇ ਮੰਗਲਾ ਚਰਨ ਦੀ ਪਹਿਲੀ ਪੌੜੀ ਹਨ। ਇਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਆਪਣੇ ਤੋਂ ਪਹਿਲਾਂ ਹੋਏ ਨੌ ਗੁਰੂ ਅਤੇ ਅਕਾਲ ਪੁਰਖ ਦੀ ਆਰਾਧਨਾ ਕਰਦੇ ਹੋਏ ਉਹਨਾਂ ਪਾਸੋਂ ਸਹਾਇਤਾ ਦੀ ਮੰਗ ਕਰਦੇ ਨੇ। ਇਹ ਸਤਰਾਂ ਸਿੱਖਾਂ ਦੀ ਅਰਦਾਸ ਦਾ ਮੁੱਢ ਵੀ ਹਨ। ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੈਂਸਰ ਉਪਾਇਆ, ਬ੍ਰਹਮ ਵਿਸ਼ਨ ਮਹੇਸ਼ ਸਜ, ਕੁਦਰਤ ਕਾ ਖੇਲ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੈਤ ਕਾ ਨਾਸ ਕਰਾਇਆ। ਇਹ ਸਤਰਾਂ ਚੰਡੀ ਦੀ ਵਾਰ ਦੇ ਮੰਗਲਾ ਚਰਨ ਦੀ ਦੂਜੀ ਪੌੜੀ ਦੀਆਂ ਹਨ। ਇਹਨਾਂ ਸਤਰਾਂ ਰਾਹੀਂ ਉਹਨਾਂ ਨੇ ਅਕਾਲ ਪੁਰਖ ਰੂਪੀ ਪਰਮ ਸ਼ਕਤੀ ਦੇ ਉਸਦੇ ਸਾਜੇ ਦੇਵੀ ਦੇਵਤਿਆਂ ਦਾ ਜ਼ਿਕਰ ਕੀਤਾ ਹੈ। ਵਾਰ ਭੈੜੇ ਕੀ ਪਾਤਸ਼ਾਹੀ ਦਸਵੀਂ, ਵਾਰ ਭੇੜੇ ਕੀ ਪਾਤਸ਼ਾਹੀ ਦਸਵੀਂ ਅਗਿਆਤ ਕਵੀ ਦੀ ਰਚਨਾ। ਇਸ ਵਿੱਚ ਅਨੰਦਪੁਰ ਤੇ ਕਿਲੇ ਨੂੰ ਛੱਡਣ ਦੀ ਵਾਰਤਾ ਦਾ ਵਰਣਨ। ਕੁੱਲ 61 ਅਧਿਆਤਮਕ 12 ਮਿਲਦੀਆਂ ਨੇ। ਆਦਿ ਗ੍ਰੰਥ ਵਿਚਲੀਆਂ 12 ਦੀ ਗਿਣਤੀ 22 ਹੈ ਅਤੇ ਭਾਈ ਗੁਰਦਾਸ ਦੀਆਂ 12 ਦੀ ਗਿਣਤੀ 39 ਹੈ। ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਪੀਰਾਂ ਦੀ ਵਾਰ ਦਾ ਕਰਤਾ ਪ੍ਰਿਥੀ ਚੰਦ ਦਾ ਪੁੱਤਰ ਸੋਢੀ ਮਿਹਰਵਾਨ ਹੈ। ਭਾਈ ਗੁਰਦਾਸ ਦੀਆਂ 12 ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ। ਮੀਰ ਅਬਦੁਲ ਅਤੇ ਨੱਥੂ ਮੱਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰੀ ਢਾਡੀ ਸਨ। ਅਬਦੁਲ ਅਤੇ ਨੱਥੂ ਮੱਲ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਵਾਰ ਰਚੀ ਜਿਸ ਦਾ ਨਮੂਨਾ ਇਤਿਹਾਸਿਕ ਤੱਥ ਰੱਖਦਾ ਹੈ। ਦੋ ਤਲਵਾਰਾਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਵਲਖ ਵਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚਲੇ ਮੀਰ ਮੁਸ਼ਕੀ ਅਤੇ ਮੀਰ ਸ਼ਵੀਲਾ ਦੋ ਦਰਬਾਰੀ ਢਾਡੀਆਂ ਨੇ ਭੰਗਾਣੀ ਦੀ ਵਾਰ ਲਿਖੀ। ਗੁਰੂ ਨਾਨਕ ਦੇਵ ਜੀ ਨੇ ਆਪਣੇ ਵਾਰਾਂ ਵਿੱਚ ਸੰਸਕ੍ਰਿਤ, ਪ੍ਰਾਕਿਰਤਾ, ਸਾਧ ਭਾਸ਼ਾ, ਫਾਰਸੀ, ਲਹਿੰਦੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ। ਗੁਰੂ ਅਮਰਦਾਸ ਜੀ ਦੀਆਂ ਵਾਰਾਂ ਵਿੱਚ ਸੰਤ ਭਾਸ਼ਾ ਅਤੇ ਪ੍ਰਾਕਿਰਤ ਦਾ ਪ੍ਰਭਾਵ ਵਧੇਰੇ ਦਿਖਾਈ ਦਿੰਦਾ ਹੈ। ਗੁਰੂ ਰਾਮਦਾਸ ਜੀ ਦੀਆਂ ਵਾਰਾਂ ਵਿੱਚ ਠੇਠ ਪੰਜਾਬੀ ਦਾ ਅੰਸ਼ ਵਧੇਰੇ ਆ। ਉਹਨਾਂ ਨੇ ਟੈਗਾ, ਠੱਠਾ, ਡੱਡਾ, ਢੱਡਾ, ਨਾਣਾ ਅਤੇ ਡਾੜਾ ਆਦਿ ਧੁਨੀਆਂ ਦੇ ਪ੍ਰਯੋਗ ਦੁਆਰਾ ਭਾਸ਼ਾ ਦੇ ਸੰਗੀਤਾਤਮਕ ਪੱਖ ਨੂੰ ਵਧੇਰੇ ਉਜਾਗਰ ਕਰ ਲਿਆ। ਭਾਈ ਗੁਰਦਾਸ ਜੀ ਨੇ ਪੰਜਾਬੀ ਭਾਸ਼ਾ ਦੇ ਅਤੇ ਕਾਵਿ ਸ਼ੈਲੀ ਨੂੰ ਸਰਲ, ਸਰਸ ਅਤੇ ਸਹਿਜ ਬਣਾਉਣ 'ਤੇ ਜ਼ੋਰ ਦਿੱਤਾ। ਸੰਸਕ੍ਰਿਤ ਸ਼ਬਦਾਵਲੀ ਦੀ ਵੀ ਕਾਫੀ ਵਰਤੋਂ ਕੀਤੀ। ਭਾਈ ਗੁਰਦਾਸ ਜੀ ਗੁਰਦਾਸ ਦੀਆਂ 12 ਦੀ ਸ਼ਬਦਾਵਲੀ ਵਿੱਚ ਠੇਠ ਪੰਜਾਬੀ, ਮਾਝੀ ਦੇ ਨਾਲ ਨਾਲ ਸੰਸਕ੍ਰਿਤ, ਫਾਰਸੀ, ਲਹਿੰਦੀ ਆਦਿ ਦੇ ਕੁਝ ਆਮ ਵਰਤੇ ਜਾਣ ਵਾਲੇ ਸ਼ਬਦ ਵੀ ਵਰਤੇ ਹਨ। ਭਾਈ ਗੁਰਦਾਸ ਜੀ ਦੀਆਂ 12 ਵਿੱਚ ਪੌੜੀਆਂ ਦਾ ਮਾਤਰਕ ਪੈਟਰਨ ਵੀ ਵੰਨ ਸੁਵੰਨਾ ਹੈ, ਜਿੱਥੇ 13, 16, 13, 10 ਅਤੇ 11, 9 ਮਾਤਰਾਵਾਂ ਵਾਲੇ ਰੂਪ ਵਰਤੇ ਗਏ ਹਨ। ਆਪਨੇ 6 ਤੋਂ 10 ਤੁਕਾਂ ਦੀਆਂ ਪੌੜੀਆਂ ਰਚੀਆਂ ਹਨ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਫਿਰ ਮਿਲਦੇ ਹਾਂ ਨੈਕਸਟ ਟੌਪਿਕ ਦੇ ਨਾਲ। ਅੱਗੇ ਜੰਗਨਾਮਾ ਕਰਾਂਗੇ ਅਸੀਂ। ਲੋਕ 12 ਸੀਗੀਆਂ ਇਹ ਤਾਂ ਵੀਰ ਕਾਵੇ ਦੇ ਵਿੱਚ ਲੋਕ 12 ਅਤੇ ਜੰਗਨਾਮਾ ਦੋ ਤੁਹਾਨੂੰ ਅਲੱਗ ਅਲੱਗ ਚੀਜ਼ਾਂ ਨੇ। ਓਕੇ, ਥੈਂਕਸ।